ਉਹ ਬਿਨਾਂ ਕੰਨਾਂ ਤੇ ਸੁਣਨ ਵਾਲਾ ਹੁੰਦਾ ਨਾ। ਅਭੇਖੰ ਅਜੂਨੀ ਸਰੂਪੰ, ਜੇਤਾ ਬੋਲਣਾ ਤੇਤਾ ਗਿਆਨਾ ਹੈ, ਜੇਤਾ ਸੁਣਨਾ ਤੇਤਾ ਨਾਮ। ਜਿਹਨਾਂ ਸੁਣਿਆ ਨਾ ਉਹਨਾਂ ਨੇ ਬਿਨਾਂ ਕੰਨਾਂ ਤੇ ਨਾਮ ਸੀ, ਜੇਤਾ ਭੇਖਣ ਤੇਤਾ ਧਿਆਨ। ਜਿਹਨਾਂ ਉਹਨਾਂ ਨੇ ਦ੍ਰਿਸ਼ਟੀ ਹੈ ਜਿਹੜੀ ਉਹਦੀ ਦੇਖਦੇ ਨੇ ਉਹ ਧਿਆਨ। ਤੁਹਾਨੂੰ ਮੈਂ ਧਿਆਨ ਧਿਆਨ ਤੇ ਜਾਣਿਆ, ਤੁਹਾਨੂੰ ਮੈਂ ਧਿਆਨ। ਉਹਨਾਂ ਦਾ ਧਿਆਨ ਕਾਜ ਹੈ ਤੁਹਾਨੂੰ ਵਿੱਚ ਹੈ, ਉਹ ਬਿਨਾਂ ਕੰਨਾਂ ਤੇ ਆਵਾਜ਼ ਸੁਣਨ ਵਾਲੀ ਵਿੱਚ ਹੈ। ਤੁਹਾਨੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਅਕਥ ਕਹਾਣੀ। ਆਹ ਅਕਥ ਕਥਾ ਫਿਰ ਲਿਖੀ ਹੈ, ਫਿਰ ਇਹ ਅਕਥ ਕਥਾ ਲਿਖਾਉਂਦੀ ਹੈ। ਇਹ ਗੁਰਮੁਖਾਂ ਦਾ ਕੰਮ ਹੈ ਅਕਥ ਕਥਾ ਲਿਖਣੀ। ਇਹ ਸੰਸਾਰੀ ਆਦਮੀਆਂ ਤੋਂ ਪਰੇ ਦੀ ਗੱਲ ਹੈ, ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ। ਇਹਦਾ ਐਵੇਂ ਜੱਫਾ ਪਾਈ ਜਾਂਦੇ ਨੇ ਵਿਦਵਾਨ ਤਾਂ ਕਮਲੇ ਹੋਏ ਹੋਏ ਨੇ। ਸੰਸਾਰ ਛੱਡ ਕੇ ਮਨੋ ਵਸਾਰ ਕੇ ਫਿਰ ਇੱਕ ਚੀਜ਼ ਮਿਲਦੀ ਹੈ। ਅਭੇਖੰ ਅਜੂਨੀ ਸਰੂਪੰ, ਅਭੇਖੰ ਭੇਖ ਤੋਂ ਰਹਿਤ ਹੈ, ਕੋਈ ਭੇਖ ਨਹੀਂ ਹੈ, ਅਜੂਨੀ ਹੈ, ਅਜੂਨੀ ਸਰੂਪ ਹੈ ਉਹਦਾ। ਜੂਨ ਤੋਂ ਬਿਨਾਂ, ਸਰੀਰ ਤੋਂ ਬਿਨਾਂ ਸਰੂਪ ਹੈ ਪਰ ਸਰੀਰ ਨਹੀਂ ਹੈ। ਸਰੀਰ ਤਾਂ ਅੱਖਾਂ ਨੂੰ ਦੇਖਣ ਸਰੂਪ, ਅੱਖਾਂ ਨੂੰ ਚੀਜ਼ ਦੇਖੋ, ਇੱਕ ਹੁੰਦਾ ਰੂਪ ਇੱਕ ਹੁੰਦਾ ਸਰੂਪ। ਸਵਯਮ ਦਾ ਰੂਪ ਹੈ ਉਹਦਾ, ਸਵਯਮ ਦਾ ਰੂਪ ਜਿਹੜਾ ਹੈ ਉਹ ਸਰੂਪ ਹੁੰਦਾ। ਮਨ ਤੂੰ ਜੋਤ ਸਰੂਪ ਹੈ, ਉੱਥੇ ਰੂਪ ਨਹੀਂ ਆਇਆ। ਰੂਪ ਅੱਖਾਂ ਨੂੰ ਦੇਖਣ ਵਾਲਾ ਹੁੰਦਾ, ਅੱਖਾਂ ਨੂੰ ਦੇਖਣ ਵਾਲਾ ਰੂਪ ਹੁੰਦਾ। ਜੋ ਦਿਸੇ ਸੋ ਤੇਰਾ ਰੂਪ, ਉੱਥੇ ਰੂਪ ਹੈ, ਸਰੂਪ ਨਹੀਂ ਆਇਆ ਹੋਇਆ ਉੱਥੇ। ਸੰਸਾਰ ਕੀ ਹੈ? ਸੰਸਾਰ ਹੁਕਮ ਦਾ ਰੂਪ ਹੈ, ਹੁਕਮ ਨਹੀਂ ਹੈ ਸੰਸਾਰ। ਜੇ ਹੁਕਮ ਬੁੱਝਣਾ ਤਾਂ ਸੰਸਾਰ ਚੋਂ ਬੁੱਝਣਾ ਪਊਗਾ। ਜੋ ਹੋ ਰਿਹਾ ਉਹਦਾ ਭਾਣਾ, ਜੋ ਵਰਤੇ ਸੋ ਤੇਰਾ, ਜੋ ਵਰਤੇ ਅੱਖਾਂ ਦੇ ਸਾਹਮਣੇ, ਜੋ ਵਰਤ ਰਿਹਾ ਤਾਂ ਅੱਖਾਂ ਦੇ ਸਾਹਮਣੇ ਹੈ ਨਾ। ਰੂਪ ਕਿਹਦਾ? ਭਾਣੇ ਦਾ। ਜੋ ਵਰਤੇ ਸੋ ਤੇਰਾ ਰੂਪ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ। ਇਹ ਵੀ ਅੱਤ ਸੁੰਦਰ ਅਪਾਰ ਰੂਪ ਹੈ। ਜੋ ਤੂੰ ਕਰ ਰਿਹਾ ਐਸਾ ਕੋਈ ਕਰ ਨਹੀਂ ਸਕਦਾ, ਜੈਸਾ ਤੇਰਾ ਚਿੱਤਰ ਹੈ ਵਿਚਿੱਤਰ ਬਣਾਇਆ ਹੋਇਆ, ਐਸਾ ਕੋਈ ਬਣਾ ਨਹੀਂ ਸਕਦਾ। ਅਤਿ ਸੁੰਦਰ ਅਪਾਰ ਰੂਪ ਹੈ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ, ਸਦਾ ਸਿੱਧ ਦਾ, ਸਿੱਧ ਦਾ ਸੋਝੀ ਵਾਲਾ, ਸਿੱਧ ਹੁੰਦੀ ਹੈ ਸੋਝੀ, ਬੁੱਧ ਦਾ ਸਿੱਧ ਦਾ ਸੋਝੀ, ਸੋਝੀ ਕਾਹਦੀ? ਬੁੱਧੀ ਦੀ ਅਕਲ। ਬ੍ਰਿਧ ਰੂਪੰ, ਬ੍ਰਿਧ ਰੂਪੰ, ਬ੍ਰਿਧ ਹੁੰਦਾ ਵਧਾਉਣਾ, ਸੋਝੀ ਨੂੰ ਵਧਾਉਣ ਵਾਲਾ, ਬੁੱਧੀ ਅਕਲ ਨੂੰ ਵਧਾਉਣ ਵਾਲਾ ਰੂਪ ਹੈ ਤੇਰਾ। ਫਿਰ ਕੀ ਰੂਪ ਹੋਇਆ? ਗਿਆਨ ਹੈ ਤੂੰ। ਸੋਝੀ ਨੂੰ ਅਕਲ ਦੀ, ਜੋ ਅਕਲ ਹੈ ਨਾ ਸਾਡੀ, ਅਕਲ ਬੁੱਧੀ ਹੈ, ਉਹਦੀ ਸੋਝੀ ਨੂੰ ਹੋਰ ਵਧਾਉਣ ਵਾਲਾ ਰੂਪ ਹੈ ਤੇਰਾ, ਉਹ ਕੀ ਹੈ? ਗਿਆਨ ਹੈ। ਫਿਰ ਨਹੀਂ ਜਾਣ ਜਾਈ ਕਛੂ, ਉਹ ਗਿਆਨ ਹੈ। ਕਹੋ ਕਬੀਰ ਮੈਂ ਐਸੋ ਗੁਰ ਪਾਇਓ, ਜਾ ਕਾ ਨਾ ਬਵੇਕੋ। ਤੂੰ ਬਵੇਕ ਹੈ, ਬੁੱਧੀ ਬੰਦੀ ਬੰਦੀ ਡਿਵੈਲਪ ਹੁੰਦੀ ਹੁੰਦੀ, ਬਵੇਕ ਬੁੱਧੀ ਬਣ ਜਾਂਦੀ ਹੈ। ਬਵੇਕ ਬੁੱਧੀ ਪਰਮੇਸ਼ਰ ਦੀ ਬੁੱਧ ਹੈ, ਬਵੇਕ ਦੀ ਬੁੱਧ ਹੈ। ਬਵੇਕ ਬੁੱਧ ਸਤਿਗੁਰ ਤੇ ਪਾਈ, ਜਦੋਂ ਉਹ ਬੁੱਧੀ ਆ ਜਾਂਦੀ ਹੈ ਬਵੇਕ ਬੁੱਧੀ, ਫਿਰ ਜਿਹੜੇ ਮੋਤੀ ਮਾਰਗ ਵਿਥਰੇ ਹੋਏ ਨੇ ਨਾ, ਮੋਤੀ ਮਾਰਗ ਵਿਥਰੇ, ਅੰਧਾ ਰਿਖਿਆ ਜਾਏ ਫਿਰ ਅੰਧਾ ਨਹੀਂ ਰਹਿੰਦਾ, ਖੜਾ ਹੋ ਜਾਂਦਾ। ਵਿਵੇਕ ਬੁੱਧੀ ਅੱਖ ਹੈ, ਵਿਵੇਕ ਬੁੱਧੀ ਹੀ ਅੱਖ ਹੈ, ਤੀਸਰੀ ਅੱਖ ਹੈ ਜਿਹੜੀ, ਫਿਰ ਅੰਧਾ ਤਾਂ ਰਹਿੰਦਾ ਨਹੀਂ। ਕਬੀਰ ਕਹਿ ਰਿਹਾ ਵਿਵੇਕ ਬੁੱਧੀ ਦੇ ਜਿਹੜੇ ਸੱਖਣੇ ਨੇ ਉਹਨਾਂ ਨੂੰ, ਵਿਦਵਾਨਾਂ ਨੂੰ ਕਹਿ ਰਿਹਾ। ਵਿਦਵਾਨ ਵਿਵੇਕ ਬੁੱਧੀ ਦੇ ਸੱਖਣੇ ਹੁੰਦੇ ਨੇ। ਜਦੋਂ ਵਿਵੇਕ ਬੁੱਧੀ ਆ ਗਈ, ਫਿਰ ਉਹ ਗੁਰਮੁਖ ਹੋ ਜਾਂਦਾ, ਫਿਰ ਉਹ ਖੋਜੀ ਹੋ ਜਾਂਦਾ, ਗੁਰਮੁਖ ਹੋ ਜਾਂਦਾ, ਫਿਰ ਵਿਦਵਾਨ ਨਹੀਂ ਰਹਿੰਦਾ। ਅੰਧਾ ਨਿਕਸਿਆ ਜਾਏ ਜੋਤ ਬਿਨਾਂ ਜਗਦੀਸ਼ ਕੀ, ਇਹ ਜਗਦੀਸ਼ ਦੀ ਜੋਤ ਹੈ ਵਿਵੇਕ ਬੁੱਧੀ। ਜਗਤ ਉਲੰਘੇ ਜਾਏ, ਸੰਸਾਰ ਨੂੰ ਪਤਾ ਹੀ ਨਹੀਂ ਅਸੀਂ ਕੀ ਕਹਿ ਰਹੇ ਹਾਂ, ਕੀ ਮੋਤੀ ਖੜਾਤੇ ਅਸੀਂ ਗੁਰਬਾਣੀ 'ਚ, ਕੋਈ ਪਤਾ ਨਹੀਂ। ਕਹਿੰਦਾ ਚੁੱਭਦੇ ਨੇ ਇਹਨਾਂ ਨੂੰ, ਇਹਨਾਂ ਨੂੰ ਗੱਲਾਂ ਚੁੱਭਦੀਆਂ ਨੇ ਗੁਰਬਾਣੀ ਦੀਆਂ, ਚੁੱਭਦੀਆਂ ਨੇ ਨਾ। ਕਹਿੰਦਾ ਸੁਣਨੀ ਹੁੰਦੀਆਂ ਤਾਂ ਸੁਣਨੀ ਹੁੰਦੀ, ਕੋਈ ਪ੍ਰਾਪਤੀ ਚੱਕ ਕੇ ਬਾਹਰ ਸੁਣਦਾ ਚੁੱਕੇ, ਇਹਨਾਂ ਨੇ ਚੁੱਕ ਕੇ ਰਾਜ ਉਹ ਬਾਹਰ ਸੁੱਟਦੀਆਂ ਹੈ, ਉੱਥੇ ਕੀ ਹੈ ਇਤਿਹਾਸ ਲੈ ਆਉਂਦਾ, ਉਹ ਵਧੀਆ ਲੱਗਦਾ। ਗੁਰਬਾਣੀ ਨਹੀਂ ਚੰਗੀ ਲੱਗਦੀ ਲੋਕਾਂ ਨੂੰ,
ਜਿਹੜੇ ਗੁਰਦੁਆਰੇ ਜਾ ਉਹ ਕਹਿੰਦੇ ਇਤਿਹਾਸ ਸੁਣਾਓ ਕੋਈ ਸਾਖੀ ਸੁਣਾਓ। ਉਹਨਾਂ ਦੇ ਸੁਭਾਅ ਨਾਲ ਸਾਖੀਆਂ ਮੇਲ ਖਾਂਦੀਆਂ ਨੇ, ਉਹਨਾਂ ਦੇ ਸੁਭਾਅ ਨਾਲ ਗੁਰਬਾਣੀ ਮੇਲ ਨਹੀਂ ਖਾਂਦੀ। ਗੁਰਬਾਣੀ ਦਾ ਟੇਸ ਕਿਉਂ? ਉਹਨਾਂ ਦੇ ਸੁਭਾਅ ਨਾਲ ਗੁਰਬਾਣੀ ਮੇਲ ਨਹੀਂ ਖਾਂਦੀ, ਚੁੱਭਦੀਆਂ ਨੇ ਗੱਲਾਂ ਗੁਰਬਾਣੀ ਦੀਆਂ। ਸਾਖੀਆਂ ਸੁਭਾਅ ਨਾਲ ਮੇਲ ਖਾਂਦੀਆਂ ਨੇ। ਸਾਖੀਆਂ ਇਹੋ ਜਿਹੀਆਂ ਹੋਣਾ, ਕਦੇ ਕੁਛ ਮਿਲਦਾ, ਕਦੇ ਕੁਛ ਮਿਲਦਾ, ਕਦੇ ਕੁਛ ਮਿਲਦਾ, ਕਦੇ ਕੁਛ ਮਿਲਦਾ, ਇਹ ਉਹ ਚਾਹੁੰਦੇ ਹੀ ਨੇ। ਸਿੱਖੀ ਨਹੀਂ ਕਹਿੰਦੇ ਚਾਹੀਦੀ ਸਾਨੂੰ, ਸੰਸਾਰ ਚਾਹੀਦਾ। ਉਹ ਜਾਣਦੇ ਸੀ, ਉਹਨਾਂ ਨੂੰ ਪਤਾ ਸੀ ਕਮਜ਼ੋਰੀ ਦਾ। ਉਹਨਾਂ ਨੇ ਇਹੋ ਜਿਹੀਆਂ ਸਾਖੀਆਂ ਬਣਾਈਆਂ ਨੇ ਬੜੀਆਂ, ਉਹਨਾਂ ਸਵਾਦਲੀਆਂ ਬਣਾ ਤੀਆਂ, ਜਾਵੇ ਅੰਮ੍ਰਿਤ ਲਾਉਣ। ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਬਾਸ ਤਾਕੋ ਫਿਰੇ ਕੌਣ ਭੇਖੰ। ਨਹੀਂ ਜਾਣ ਜਾਏ ਕਛੂ ਰੂਪ ਰੇਖੰ, ਤੇਰਾ ਕਛੂ ਰੂਪ ਔਰ ਰੇਖ ਕੈਸਾ ਹੈ ਇਹ ਜਾਣਿਆ ਨਹੀਂ ਜਾ ਸਕਦਾ। ਸੰਸਾਰ ਜਾਣ ਕੋਸ਼ਿਸ਼ ਕਰ ਰਿਹਾ, ਸੰਸਾਰ ਜਾਣ ਦੀ, ਜਾਣਨ ਦੀ, ਪਰ ਸੰਸਾਰ ਫੇਲ ਹੋ ਰਿਹਾ, ਨਹੀਂ ਜਾਣਿਆ ਜਾ ਸਕਦਾ। ਕਹਾਂ ਬਾਸ ਤਾਕੋ ਫਿਰੇ ਕੌਣ, ਕਿੱਥੇ ਤੇਰਾ ਬਾਪਾ ਹੈ, ਕਹੇ ਤੇਰਾ ਭੇਖ ਹੈ, ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣ, ਕੋਸ਼ਿਸ਼ ਕਰ ਰਹੇ ਨੇ ਲੋਕ ਜਾਣਨ ਦੀ। ਕਹਾਂ ਬਾਸ ਤਾਕੋ ਫਿਰੇ ਕੌਣ ਭੇਖੰ, ਕਿਹੜੇ ਭੇਖ ਤੂੰ ਫਿਰਦਾ, ਉਹ ਤਾਂ ਕਹਿੰਦਾ ਨਾ ਜਾਣਾ ਕਿਸ ਭੇਸ ਮੈਂ ਨਾਰਾਇਣ ਮਿਲ ਜਾਏ। ਜਿਹੜਾ ਕਹਿੰਦਾ ਨਾਰਾਇਣ ਕਿਸੇ ਭੇਸ 'ਚ ਮਿਲ ਜੂਗਾ, ਉਹ ਗੁਰਮਤਿ ਦਾ ਖਿਲਾਫ ਹੈ। ਉਹ ਤਾਂ ਆਦਮੀ ਦੀ ਯੂਨੀ 'ਚ ਬਣਦਾ, ਫਿਰ ਉਹ ਯੂਨੀ ਕਿੱਥੇ ਬਣਦਾ ਉਹਨੂੰ। ਤੁਲਸੀ ਸੰਸਾਰ ਮੈਂ ਸਭ ਤੋਂ ਮਿਲੀਏ ਦਾਏ, ਨਾ ਜਾਣੇ ਕਿਸ ਭੇਸ ਮੈਂ ਨਾਰਾਇਣ ਮਿਲ ਜਾਏ। ਉਹ ਤਾਂ ਭੇਸ 'ਚ ਬਣਦਾ, ਗੁਰਮਤਿ ਉਹਦੇ ਖਿਲਾਫ ਹੈ। ਇਹਨਾਂ ਜਿਹੜੀ ਰਮਾਇਣ ਲਈ ਫਿਰਦੇ ਨੇ, ਉਹ ਤਾਂ ਕਹਿੰਦਾ ਕਿਹੜੇ ਭੇਸ 'ਚ ਮਿਲ ਜੂਗਾ, ਉਹ ਕਹਿੰਦੇ ਭੇਸ ਦੇ ਪਰੇ ਹੈ। ਦੋਵਾਂ ਗੱਲਾਂ ਦਾ ਹੈ ਮੇਲ, ਬਸ ਆਹ ਗੱਲ ਹੈ। ਕਹਾ ਨਾਮ ਤਾਕੋ, ਜਿਨ੍ਹਾਂ ਨੇ ਰਮਾਇਣ ਸੁਣਨੀ ਉਹ ਗੁਰਬਾਣੀ ਤੇ ਕਿੱਥੇ ਪਹੁੰਚ ਜਾਣਗੇ। ਜਿਹਨੇ ਗੁਰਬਾਣੀ ਸੁਣਨੀ ਰਮਾਇਣ ਸੁਣ ਨਹੀਂ ਸਕਦਾ, ਉਹ ਚ ਸੌ ਉਹਨੂੰ ਜਗ੍ਹਾ ਜਗ੍ਹਾ ਨੁਕਸ ਲੱਗਦੇ ਉਹਦੇ ਵਿੱਚ, ਇਹ ਤਾਂ ਉਲਟੇ ਰਾਹ ਪਾ ਰਹੀ ਹੈ। ਕਹਾ ਨਾਮ ਤਾਕੋ, ਕਹਾ ਕਹਿ ਕਹਾਵੈ। ਕਹਾ ਨਾਮ ਤਾਕੋ, ਕੀ ਨਾਮ ਹੈ ਉਹਦਾ, ਕਹਾ ਕੋ ਕਹਾਵੈ, ਕਿੱਥੇ ਦਾ ਕਹਾਉਂਦਾ। ਜੇ ਉਹਨੂੰ ਪੁੱਛੇ ਤੂੰ ਕਿੱਥੇ ਦਾ, ਪਿੰਡ ਤਾਂ ਕੋਈ ਦੱਸੂਗਾ ਆਪਣਾ, ਕੀ ਐਡਰੈਸ ਦੱਸਦਾ, ਇਹ ਵੀ ਨਹੀਂ ਪਤਾ ਕਿਸੇ ਨੂੰ ਮਿਲਿਆ ਹੋਵੇ ਤਾਂ ਦੱਸੇ। ਕਹਾ ਕਹਿ ਬਖਾਨੋ, ਕਹਿ ਮੋਨਾ ਆਵੈ। ਫਿਰ ਤੁਸੀਂ ਦੱਸੋਗੇ ਕੀ ਬਈ, ਜੇ ਕਿਸੇ ਨੂੰ ਮਿਲਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਦੱਸਿਆ ਹੀ ਨਹੀਂ ਉਹਨੇ, ਕਹਾ ਕਹਿ ਬਖਾਨੋ, ਕਹਿ ਮੋਨਾ ਆਵੈ। ਜੇ ਕੋਈ ਪੁੱਛੇ ਸਾਤੇ, ਮੈਂ ਕੀ ਦੱਸਾਂ ਵੀ ਕਿੱਥੇ ਦਾ ਬਈ, ਉਹ ਕਹਿ ਮੋਨਾ ਆਵੈ, ਮੈਂ ਨਹੀਂ ਦੱਸ ਸਕਦਾ ਹੈ, ਮੈਨੂੰ ਪਤਾ ਹੀ ਨਹੀਂ, ਮੈਨੂੰ ਪੁੱਛਿਆ ਹੀ ਨਹੀਂ ਕਦੇ ਕਿੱਥੇ ਦਾ, ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਦਾ, ਦੱਸੇ ਕੋਈ ਕੀ, ਮੈਂ ਵੀ ਨਹੀਂ ਦੱਸ ਸਕਦਾ ਇਹ ਗੱਲ। ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ। ਇਹਨਾਂ ਨੇ ਦੱਸਿਆ ਹੋਇਆ ਨਾ ਵੀ ਇਹਨੇ ਯੋਜਨਾ ਫਲਾਣੇ ਨੂੰ ਸਾਰੇ ਫੇਲ ਕਰਤੇ, ਸੱਚਖੰਡ ਵਾਲੇ ਉਹ ਜਿਹੜੀ ਬਤਾਲੀ ਨਦੀ ਵਾਲਾ ਉਹ ਸਾਰੇ ਫੇਲ ਕਰਤਾ, ਇੱਥੇ ਅਡਰੈਸ ਜਿਹੜਾ ਦੱਸਿਆ ਹੋਇਆ ਇਹਨਾਂ ਦਾ ਉਹੀ ਕੱਟਿਆ ਇੱਥੇ। ਹਾਂ, ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ। ਨਾ ਰੋਗ ਹੈ ਨਾ ਸੋਗ ਹੈ ਉਹਨੂੰ, ਜਾਂ ਰੋਗ ਹੈ ਨੀ, ਰੋਗ ਦਾ ਸੋਗ ਕਰਨ ਜਾਂਦੇ ਆਪਾਂ ਅਫਸੋਸ, ਨਾ ਮੋਹ ਹੈ, ਨਾ ਕੋਈ ਮਾਤਾ ਪਿਤਾ। ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ। ਨਾ ਕੋਈ ਕਰਮ ਹੈ, ਨਾ ਕਿਸੇ ਕਿਸਮ ਦਾ ਕੋਈ ਭਰਮ ਹੈ, ਨਾ ਕੋਈ ਜਨਮ ਹੋਇਆ, ਨਾ ਕੋਈ ਸਰੀਰ ਹੈ, ਸਰੀਰ ਵੀ ਕੋਈ ਨਹੀਂ, ਜਨਮ ਵੀ ਜਨਮ ਨਹੀਂ ਹੋਇਆ, ਸਰੀਰ ਕਿੱਥੋਂ ਹੋਣ। ਅਦਵੈਖੰ ਅਭੇਖੰ ਅਜੂਨੀ ਸਰੂਪੇ। ਅਦਵੈਖ ਹੈ, ਦੁਵੇਖ ਤੋਂ ਰਹਿਤ ਹੈ, ਦੁਵੇਸ਼ ਨਹੀਂ ਕਿਸੇ ਨਾਲ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਨਮੋ ਏਕ ਰੂਪੇ, ਨਮੋ ਏਕ ਰੂਪੇ, ਨਮੋ ਏਕ ਰੂਪੇ, ਨਮੋ ਏਕ ਰੂਪੇ, ਹੇ ਏਕ ਰੂਪ ਵਾਲੇ ਤੈਨੂੰ ਨਮਸਕਾਰ ਹੈ, ਹੇ ਸੱਚ ਸਰੂਪ, ਸੱਤ ਸਰੂਪ ਤੈਨੂੰ ਨਮਸਕਾਰ ਹੈ। ਸੱਚ ਇੱਕ ਹੁੰਦਾ ਨਾ, ਏਕ ਰੂਪੇ ਦਾ ਬੰਦਾ ਸੱਚ ਰੂਪ ਹੈ, ਸੱਤ ਸਰੂਪ ਹੈ, ਤੂੰ ਆਦਿ ਸੱਚ ਹੈ, ਸੱਚ ਹੁੰਦਾ ਇੱਕ ਹੈ।